ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਮੌਕੇ ਇੱਕ ਦਰਦਨਾਕ ਹਾਦਸਾ ਹੋਇਆ। ਗਲੀ ਦੇ ਵਿੱਚ ਵਿਆਹ ਵਾਲੇ ਘਰ ਦੀਆਂ ਔਰਤਾਂ ਲੰਘ ਰਹੀਆਂ ਸੀ, ਅੱਗੇ ਉਹਨਾਂ ਦੇ ਬੈਂਡ ਵਾਜੇ ਵੱਜ ਰਹੇ ਸੀ ਤਾਂ ਗਲੀ ਦੀ ਕੰਧ ਅਚਾਨਕ ਡਿੱਗ ਪਈ ਤਾਂ ਜਿਸ ਦੇ ਨਾਲ 5 ਔਰਤਾਂ ਅਤੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਸ ਤਰੀਕੇ ਦੇ ਨਾਲ ਦਰਜਨਾ ਹੀ ਇਹ ਔਰਤਾਂ ਨੇ ਜਿਹੜੀਆਂ ਵਿਆਹ ਵਾਲੇ ਘਰ ਦੀਆਂ ਖੁਸ਼ੀ ਦੇ ਵਿੱਚ ਝੂਮ ਰਹੀਆਂ ਨੇ ਔਰ ਅਚਾਨਕ ਜਦੋਂ ਗਲੀ ਦੇ ਵਿੱਚੋਂ ਲੰਘ ਰਹੀਆਂ ਸੀ ਤਾਂ ਗਲੀ ਦੀ ਕੰਧ ਇਹਨਾਂ ਮਹਿਲਾਵਾਂ 'ਤੇ ਡਿੱਗ ਪਈ ਜਿਸ ਦੇ ਨਾਲ 5 ਔਰਤਾਂ ਸਣੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਔਰ ਇਹ ਪੂਰਾ ਦਰਦਨਾਕ ਹਾਦਸਾ ਕੈਮਰੇ ਦੇ ਵਿੱਚ ਕੈਦ ਹੋਇਆ। ਵਿਆਹ ਤੋਂ ਪਹਿਲਾਂ ਜੋ ਹਲਦੀ ਦੀ ਰਸਮ ਹੁੰਦੀ ਹੈ ਉਸ ਨੂੰ ਲੈ ਕੇ ਬੈਂਡ ਵਾਜਿਆਂ ਦੇ ਪਿੱਛੇ ਇਹ ਔਰਤਾਂ ਜਾ ਰਹੀਆਂ ਸੀ, ਖੁਸ਼ੀ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਾਂ ਵੀ ਕਰਦੀਆਂ ਸੀ ਤਾਂ ਅਚਾਨਕ ਗਲੀ ਦੀ ਕੰਧ ਆ ਜਿਹੜੀ ਇਹਨਾਂ ਮਹਿਲਾਵਾਂ 'ਤੇ ਡਿੱਗ ਪਈ ਜਿਸ ਦੇ ਨਾਲ 5 ਮਹਿਲਾਵਾਂ ਸਣੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਗਈ ਤਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਸਿਆਸੀ ਆਗੂ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ। ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ। ਹਲਦੀ ਦੀ ਰਸਮ ਮੌਕੇ ਕੰਧ ਡਿੱਗੀ, 5 ਔਰਤਾਂ ਸਣੇ 2 ਬੱਚਿਆਂ ਦੀ ਦਰਦਨਾਕ ਮੌਤ ਹੋਈ। ਤਸਵੀਰਾਂ ਯੂਪੀ ਦੇ ਮਾਊ ਤੋਂ ਸਾਹਮਣੇ ਆਈਆਂ ਨੇ। ਦਰਜਨਾ ਹੀ ਔਰਤਾਂ ਨੇ ਜਿਹੜੀਆਂ ਬੈਂਡ ਵਾਜਿਆਂ ਦੇ ਪਿੱਛੇ ਚੱਲ ਰਹੀਆਂ ਸੀ ਤਾਂ ਅਚਾਨਕ ਗਲੀ ਦੀ ਕੰਧ ਇਹਨਾਂ ਮਹਿਲਾਵਾਂ 'ਤੇ ਡਿੱਗ ਪਈ ਜਿਸ ਦੇ ਨਾਲ 5 ਮਹਿਲਾਵਾਂ 2 ਬੱਚੇ ਮੌਕੇ 'ਤੇ ਦਮ ਤੋੜ ਗਏ। ਇਹ ਦਰਦਨਾਕ ਹਾਦਸੇ ਤੋਂ ਬਾਅਦ ਵਿਕਾਸ ਮੰਤਰੀ, ਸਾਬਕਾ ਗ੍ਰਹਿ ਮੰਤਰੀ ਸਣੇ ਅਨੇਕਾਂ ਹੀ ਸ਼ਖਸੀਅਤਾਂ ਦੁੱਖ ਸਾਂਝਾ ਕਰਨ ਦੇ ਲਈ ਆ ਰਹੀਆਂ ਨੇ। ਮੌਕੇ 'ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਪ੍ਰਸ਼ਾਸਨ ਦੇ ਵੱਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਤਾਂ ਵਿਆਹ ਤੋਂ ਪਹਿਲਾਂ ਜੋ ਹਲਦੀ ਦੀ ਰਸਮ ਹੁੰਦੀ ਆ ਉਸ ਨੂੰ ਲੈ ਕੇ ਬੈਂਡ ਵਾਜਿਆਂ ਦੇ ਪਿੱਛੇ ਚੱਲ ਰਹੀਆਂ ਔਰਤਾਂ ਜਿਨ੍ਹਾਂ 'ਤੇ ਗਲੀ ਦੀ ਕੰਧ ਆ ਜਿਹੜੀ ਉਹ ਅਚਾਨਕ ਡਿੱਗ ਪਈ, ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ। ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਮੌਕੇ ਇੱਕ ਦਰਦਨਾਕ ਹਾਦਸਾ ਹੋਇਆ। ਗਲੀ ਦੇ ਵਿੱਚ ਵਿਆਹ ਵਾਲੇ ਘਰ ਦੀਆਂ ਔਰਤਾਂ ਲੰਘ ਰਹੀਆਂ ਸੀ, ਅੱਗੇ ਉਹਨਾਂ ਦੇ ਬੈਂਡ ਵਾਜੇ ਵੱਜ ਰਹੇ ਸੀ ਤਾਂ ਗਲੀ ਦੀ ਕੰਧ ਅਚਾਨਕ ਡਿੱਗ ਪਈ ਤਾਂ ਜਿਸ ਦੇ ਨਾਲ 5 ਔਰਤਾਂ ਅਤੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਸ ਤਰੀਕੇ ਦੇ ਨਾਲ ਦਰਜਨਾ ਹੀ ਇਹ ਔਰਤਾਂ ਨੇ ਜਿਹੜੀਆਂ ਵਿਆਹ ਵਾਲੇ ਘਰ ਦੀਆਂ ਖੁਸ਼ੀ ਦੇ ਵਿੱਚ ਝੂਮ ਰਹੀਆਂ ਨੇ ਔਰ ਅਚਾਨਕ ਜਦੋਂ ਗਲੀ ਦੇ ਵਿੱਚੋਂ ਲੰਘ ਰਹੀਆਂ ਸੀ ਤਾਂ ਗਲੀ ਦੀ ਕੰਧ ਇਹਨਾਂ ਮਹਿਲਾਵਾਂ 'ਤੇ ਡਿੱਗ ਪਈ ਜਿਸ ਦੇ ਨਾਲ 5 ਔਰਤਾਂ ਸਣੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਔਰ ਇਹ ਪੂਰਾ ਦਰਦਨਾਕ ਹਾਦਸਾ ਕੈਮਰੇ ਦੇ ਵਿੱਚ ਕੈਦ ਹੋਇਆ। ਵਿਆਹ ਤੋਂ ਪਹਿਲਾਂ ਜੋ ਹਲਦੀ ਦੀ ਰਸਮ ਹੁੰਦੀ ਹੈ ਉਸ ਨੂੰ ਲੈ ਕੇ ਬੈਂਡ ਵਾਜਿਆਂ ਦੇ ਪਿੱਛੇ ਇਹ ਔਰਤਾਂ ਜਾ ਰਹੀਆਂ ਸੀ, ਖੁਸ਼ੀ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਾਂ ਵੀ ਕਰਦੀਆਂ ਸੀ ਤਾਂ ਅਚਾਨਕ ਗਲੀ ਦੀ ਕੰਧ ਆ ਜਿਹੜੀ ਇਹਨਾਂ ਮਹਿਲਾਵਾਂ 'ਤੇ ਡਿੱਗ ਪਈ ਜਿਸ ਦੇ ਨਾਲ 5 ਮਹਿਲਾਵਾਂ ਸਣੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਗਈ ਤਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਸਿਆਸੀ ਆਗੂ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ। ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ। ਹਲਦੀ ਦੀ ਰਸਮ ਮੌਕੇ ਕੰਧ ਡਿੱਗੀ, 5 ਔਰਤਾਂ ਸਣੇ 2 ਬੱਚਿਆਂ ਦੀ ਦਰਦਨਾਕ ਮੌਤ ਹੋਈ। ਤਸਵੀਰਾਂ ਯੂਪੀ ਦੇ ਮਾਊ ਤੋਂ ਸਾਹਮਣੇ ਆਈਆਂ ਨੇ। ਦਰਜਨਾ ਹੀ ਔਰਤਾਂ ਨੇ ਜਿਹੜੀਆਂ ਬੈਂਡ ਵਾਜਿਆਂ ਦੇ ਪਿੱਛੇ ਚੱਲ ਰਹੀਆਂ ਸੀ ਤਾਂ ਅਚਾਨਕ ਗਲੀ ਦੀ ਕੰਧ ਇਹਨਾਂ ਮਹਿਲਾਵਾਂ 'ਤੇ ਡਿੱਗ ਪਈ ਜਿਸ ਦੇ ਨਾਲ 5 ਮਹਿਲਾਵਾਂ 2 ਬੱਚੇ ਮੌਕੇ 'ਤੇ ਦਮ ਤੋੜ ਗਏ। ਇਹ ਦਰਦਨਾਕ ਹਾਦਸੇ ਤੋਂ ਬਾਅਦ ਵਿਕਾਸ ਮੰਤਰੀ, ਸਾਬਕਾ ਗ੍ਰਹਿ ਮੰਤਰੀ ਸਣੇ ਅਨੇਕਾਂ ਹੀ ਸ਼ਖਸੀਅਤਾਂ ਦੁੱਖ ਸਾਂਝਾ ਕਰਨ ਦੇ ਲਈ ਆ ਰਹੀਆਂ ਨੇ। ਮੌਕੇ 'ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਪ੍ਰਸ਼ਾਸਨ ਦੇ ਵੱਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਤਾਂ ਵਿਆਹ ਤੋਂ ਪਹਿਲਾਂ ਜੋ ਹਲਦੀ ਦੀ ਰਸਮ ਹੁੰਦੀ ਆ ਉਸ ਨੂੰ ਲੈ ਕੇ ਬੈਂਡ ਵਾਜਿਆਂ ਦੇ ਪਿੱਛੇ ਚੱਲ ਰਹੀਆਂ ਔਰਤਾਂ ਜਿਨ੍ਹਾਂ 'ਤੇ ਗਲੀ ਦੀ ਕੰਧ ਆ ਜਿਹੜੀ ਉਹ ਅਚਾਨਕ ਡਿੱਗ ਪਈ, ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ।